ਅਸਲਾਮ ਵਾਲੇਕੁਮ ਭਾਈ ਜਾਨ। ਵਾਲੇਕੁਮ ਅਸਲਾਮ ਬਾਈ, ਕੀ ਹਾਲ ਹੈ? ਠੀਕ ਹੋ? ਠੀਕ ਠਾਕ ਭਾਜੀ, ਮਾੜਾ ਖੜਾ ਹੋ ਕੇ ਦੱਸੋ ਭਾਈ ਜਾਨ, ਠੀਕ ਹੋ? ਤਬੀਅਤ ਸਰ ਠੀਕ ਠਾਕ ਭਾਈ ਜਾਨ? ਭਾਜੀ, ਕੀ ਰੇਟ ਆ ਅੱਜ ਆ ਜਿਹੜੀ ਤੁਸੀਂ ਕਣਕ ਪਾ ਰਹੇ ਜਾਂਦਾ? ਇਹਦਾ ਹੈ 3350 ਰੁਪਏ, 3350। ਅੱਛਾ, 3300। 3500 ਤੀਕਰ ਵੀ ਚੰਗੀ ਹੈ, ਜ਼ਰਾ ਥੋੜ੍ਹੀ ਜਿਹੀ ਨਾ ਹਲਕੀ ਹੈ, ਖਾਣ ਵਾਲੀ ਨਹੀਂ। ਅੱਛਾ, ਅਤੇ ਭਾਈ ਜਾਨ ਜਿਹੜੀ ਬਹੁਤੀ ਸਾਫ਼ ਆ, ਮਤਲਬ ਬਿਲਕੁਲ ਸਾਫ਼, ਉਹ ਕਿੰਨਾ ਕੁ ਰੇਟ ਆ ਇੱਦਾਂ ਲੱਗਦਾ? ਇਹੀ 3500-3600। ਬਸ ਇਸ ਤੋਂ ਤੱਕ ਹੀ ਆ? ਹਾਂਜੀ, ਇਸ ਤੋਂ ਉੱਪਰ ਨਹੀਂ ਹਲੇ ਤੱਕ ਰੇਟ ਗਿਆ। ਇਹ ਮੀਆਂ ਚਨੂ ਗੱਲਾਂ ਮੰਡੀ ਦਾ ਰੇਟ। ਅਸਲਾਮ ਵਾਲੇਕੁਮ ਬਾਈ ਜੀ, ਕੀ ਹਾਲ ਆ? ਠੀਕ ਹੋ? ਸਾਰੇ ਵੀਰ ਠੀਕ ਨੇ ਜੀ, ਮੇਰੇ ਭਰਾ ਵੀਡੀਓ ਦੇਖਣ ਵਾਲੇ। ਬਾਈ ਜੀ, ਗੱਲ ਤੁਸੀਂ ਸੁਣ ਲਈ ਆ, ਇਹ ਆ ਜੀ ਮੀਆਂ ਚਨੂ ਗੱਲਾਂ ਮੰਡੀ, ਪੰਜਾਬ ਦਾ ਸੋਹਣਾ ਸ਼ਹਿਰ ਮੀਆਂ ਚਨੂ, ਅਤੇ ਜਿੱਥੇ ਅੱਜ ਗੰਦਮ ਦਾ ਰੇਟ ਵੀਰੋ ਲੱਗ ਰਿਹਾ ਜੀ 3300-3500 ਰੁਪਈਆ। ਆ ਤੁਸੀਂ ਉਹਦੀ ਵਜ੍ਹਾ ਦੇਖ ਲਈ ਆ, ਵੀਰ ਸਾਡਾ ਦੱਸਦਾ ਪਿਆ ਕਿ ਭਾਈ ਜਾਨ ਇੱਕ ਤਾਂ ਗੰਦਮ ਥੋੜ੍ਹੀ ਜਿਹੀ ਗਿੱਲੀ ਆ, ਦੂਸਰੇ ਨੰਬਰ 'ਤੇ ਵੀਰ ਜੀ ਇਸ ਟਾਈਮ ਜਿਹੜਾ ਰੇਟ ਆ ਨਾ, ਕਿਤੇ ਨਹੀਂ ਉਹ ਚੰਗਾ ਲੱਭਦਾ ਪਿਆ। ਅੱਗੇ ਅੱਲਾ ਖੈਰ ਕਰੇ, ਸਾਡੇ 'ਤੇ ਰਹਿਮਤ ਕਰੇ, ਬਾਰਿਸ਼ਾਂ ਵੀ ਹੋ ਰਹੀਆਂ, ਅੱਲਾ ਪਾਕ ਕਿਸਾਨ ਭਾਈਆਂ 'ਤੇ ਆਪਦਾ ਖਾਸ ਰਹਿਮਤ ਕਰੇ। ਅਤੇ ਦੋਸਤੋ, ਤੁਸੀਂ ਕਿਹੜੇ ਸ਼ਹਿਰ ਨਾਲ ਤਲਕ ਰੱਖਦੇ ਹੋ? ਤੁਹਾਡੇ ਸ਼ਹਿਰ ਦੇ ਵਿੱਚ ਗੱਲਾਂ ਮੰਡੀਆਂ ਦੇ ਵਿੱਚ ਗੰਦਮ ਦਾ ਰੇਟ ਕੀ ਆ? ਬਾਈ ਜੀ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ। ਮਿਲਦੇ ਹਾਂ ਨਵੀਂ ਵੀਡੀਓ ਨਾਲ, ਅੱਲਾ ਹਾਫਿਜ਼।